निर्भव है गुरु
चरणी लगे आनंद हवा
அரு அண்ணந்து அமர
नानक का गुरपुरा भेटिया नानक का गुरपुरा भेटिया सगले दुख विनाशे सगले दुख विनाशे सर्व सुखा गुर चरणा सर्व सुखा गुर चरणा कलमल धारण मन सधारण ए आश्रम तरना पूजा अर्चा सेवा बंदन ए टहल मोहे करना बिग से मन बिग से मन होवे परगासा बहुर ना करबै मरना निर्भव है निर्भव है गुरु चरणी लागे गुरु पूरा भेट्यो बड़ भागी मने भया परगासा कोई ना पहुंचन हारा दूजा अपने साहिब का भरवासा अपने सतगुर के बलिहार आगे सुख पछे सुख सहजा कर आनंद हमारे अंतर जमी करने हारा सोई खसम हमारा निर्भव है गुर चरणी लागे
ਇਹ ਗੱਲ ਕਹਿਣ ਨੂੰ ਬੜੀ ਆਸਾਨ ਹੈ, ਪੜ੍ਹਨੀ ਵੀ ਆਸਾਨ ਹੈ, ਸੁਣਨੀ ਵੀ ਆਸਾਨ ਹੈ। ਇਹੋ ਕਾਰਨ ਹੈ ਗੁਰਬਾਣੀ ਦੇ ਬਹੁਤ ਸਾਰੇ ਵਿਸ਼ੇ ਉਹ ਨੇ ਜਿਹੜੇ ਅਸੀਂ ਸਦੀਆਂ ਤੋਂ ਕਹਿੰਦੇ ਤੇ ਸੁਣਦੇ ਆ ਰਹੇ ਹਾਂ, ਪਰ ਜਦੋਂ ਜੀਵਨ ਦੇ ਵਿਹੜੇ ਵਿੱਚ ਉਸਨੂੰ ਪ੍ਰੈਕਟੀਕਲੀ ਦੇਖੀਦਾ ਨਾ, ਮਨ ਸੋਚੀ ਪੈ ਜਾਂਦਾ। ਨਿਰਭੈਤਾ ਜ਼ਿੰਦਗੀ ਦੀ ਬੜੀ ਵੱਡੀ ਲੋੜ ਹੈ, ਕਿਉਂਕਿ ਭੈ ਤੋਂ ਹੀ ਜਨਮ ਦੇ ਨਾਲ ਹੀ ਮਨੁੱਖ ਦੇ ਨਾਲ ਭੈ ਜੁੜ ਗਿਆ। ਤੇ ਹਰ ਕਦਮ ਤੇ ਹਰ ਮੋੜ ਉਹਦੇ ਲਈ ਇੱਕ ਭੈ ਲਈ ਖਲੋਤਾ ਹੈ। ਜਿੰਨੇ ਰੋਡ ਤੇ ਬੋਰਡ ਲੱਗੇ ਹੋਏ ਨੇ ਇਹ ਸਾਬਤ ਕਰਦੇ ਨੇ ਕਿ ਮਨੁੱਖ ਨੂੰ ਸਫ਼ਰ ਵਿੱਚ ਕੋਈ ਭੈ ਹੈ, ਡਰ ਹੈ। ਉਸ ਡਰ ਤੋਂ, ਉਸ ਭੈ ਤੋਂ ਬਚਾਉਣ ਲਈ ਇਹ ਬੋਰਡ ਲਗਾ ਦਿੱਤਾ ਗਿਆ ਹੈ, ਇਸ ਤੋਂ ਜ਼ਿਆਦਾ ਸਪੀਡ ਨਾ ਕਰੀ, ਅੱਗੇ ਮੋੜ ਦੀ ਡਾਇਰੈਕਸ਼ਨ ਕੀ ਹੈ ਦੇਖੀ, ਕੋਈ ਗੱਡੀ ਹੋਰ ਨਾ ਮੋੜ ਤੇ ਆਉਂਦੀ ਹੋਵੇ, ਕਿਉਂਕਿ ਮੋੜ ਤੇ ਮਨੁੱਖ ਨੂੰ ਦਿਸਦਾ ਨਹੀਂ। ਜੀਵਨ ਵੀ ਇੱਕ ਸਫ਼ਰ ਹੈ, ਇਹਦੇ ਵਿੱਚ ਵੀ ਬੜੇ ਮੋੜ ਨੇ। ਇਹੋ ਕਾਰਨ ਹੈ ਕਿ ਜੀਵਨ ਨਿਰਭੈ ਨਹੀਂ। ਕਿਹੜੀ ਅਜੀਬ ਗੱਲ ਹੈ, ਦੀਵਾ ਜਗ ਪਿਆ, ਅਸੀਂ ਉਹਨੂੰ ਜਗਾਉਣ ਲਈ ਤੇਲ ਤੇ ਰੂਈ ਦੀ ਬੱਤੀ ਦੋ ਚੀਜ਼ਾਂ ਇਕੱਠੀਆਂ ਕਰ ਲਈਆਂ ਨੇ, ਪਰ ਉਹਦੀ ਨਿਰਭੈਤਾ ਉਸ ਤੋਂ ਅਗਲਾ ਮਸਲਾ ਹੈ। ਜਦੋਂ ਜਗ ਪਿਆ, ਜਗਨ ਦੀ ਉਹਦੀ ਹੋਂਦ ਜਿਹੜੀ ਹੈ ਉਹ ਸਾਬਤ ਕਰਦੀ ਇਹਨੂੰ ਡਰ ਪੈਦਾ ਹੋ ਗਿਆ, ਬੁੱਝੇ ਦੀਵੇ ਨੂੰ ਕੋਈ ਨਹੀਂ। ਜਦੋਂ ਦੀਵਾ ਜਗ ਪਿਆ, ਹੁਣ ਤੇ ਹਵਾ ਦਾ ਇੰਨਾ ਕਬੂਲਾ ਆਇਆ ਨਹੀਂ ਤੇ ਦੀਵੇ ਦੀ ਲਾਟ ਵੀ ਡੋਲ ਜਾਏਗੀ, ਜੇ ਹੋਰ ਤੇਜ਼ ਬੁੱਲਾ ਹੋਇਆ ਬੁੱਝ ਜਾਏਗੀ। ਸਾਬਤ ਕਰਦਾ ਜਗ ਪਿਆ, ਇਸ ਲਈ ਭੈ ਹੈ। ਮਨੁੱਖ ਦਾ ਜੀਵਨ ਵੀ ਇੱਕ ਜੋਤ ਹੈ ਜਿਹੜਾ ਇਸ ਤਨ ਦੇ ਦੀਵੇ ਵਿੱਚ ਜਗਦੀ ਹੈ, ਇਸੇ ਲਈ ਇਹਨੂੰ ਹਰ ਕਦਮ ਤੇ ਭੈ ਹੈ, ਡਰ ਹੈ। ਤੇ ਉਸ ਡਰ ਨੂੰ ਇਹਨੇ ਸੰਖੇਪ ਵਿੱਚ ਇੱਕ ਲਫ਼ਜ਼ ਦਿੱਤਾ, ਉਹ ਹੈ ਦੁੱਖ। ਦੁੱਖ ਦੇ ਵੱਖਰੇ ਵੱਖਰੇ ਇੱਕ ਨਹੀਂ ਕਈ ਰੂਪ ਨੇ, ਕਈ ਰੂਪ ਨੇ। ਤੇ ਇਹੋ ਕਾਰਨ ਹੈ ਦੁੱਖ ਕਿਸੇ ਕਿਸਮ ਦਾ ਵੀ, ਕਿਸੇ ਰੂਪ ਵਿੱਚ ਵੀ ਆਵੇ, ਉਹ ਮਨੁੱਖ ਲਈ ਪ੍ਰੋਬਲਮ ਹੈ, ਪਰੇਸ਼ਾਨੀ ਹੈ। ਮਨੁੱਖ ਉਸ ਦੁੱਖ ਤੋਂ ਬਚਣਾ ਚਾਹੁੰਦਾ ਹੈ। ਇੱਕ ਲਫ਼ਜ਼ ਆਏ ਸਨ, ਸਰੂਪ ਸੁਖਾ ਗੁਰ ਚਰਨਾ। ਦੁੱਖ ਦਾ ਅਪੋਜ਼ਿਟ ਲਫ਼ਜ਼ ਸੁੱਖ ਹੈ। ਮਨੁੱਖ ਇਸੇ ਲਈ ਦੁੱਖ ਨਹੀਂ ਚਾਹੁੰਦਾ, ਸੁੱਖ ਚਾਹੁੰਦਾ।
ਕਿੱਡੀ ਅਜੀਬ ਗੱਲ ਹੈ। ਗੁਰੂ ਨੇ ਇੱਕ ਆਵਾਜ਼, ਗੁਰਬਾਣੀ ਨੂੰ ਅਸੀਂ ਨਾਲ ਨਾਲ ਰੱਖ ਕੇ ਚੱਲਾਂਗੇ, ਉਹਦੇ ਨਾਲ ਬਹੁਤ ਸਾਰੇ ਭੇਤ ਖੁੱਲਣਗੇ। ਗੁਰੂ ਨੇ ਨਾਲ ਨਾਲ ਆਵਾਜ਼ ਦਿੱਤੀ, ਕਹਿਣ ਲੱਗੇ ਦੁੱਖ ਤੋਂ ਡਰਨਾ, ਸੁੱਖ ਢੂੰਡਣਾ, ਕਿਉਂਕਿ ਤੈਨੂੰ ਦੁੱਖ ਤੋਂ ਭੈ ਡਰ ਹੈ, ਕਿਉਂਕਿ ਗੱਲ ਨਿਰਭੈਤਾ ਦੀ ਹੈ। ਦੁੱਖ ਤੋਂ ਡਰਨਾ, ਤੈਨੂੰ ਦੁੱਖ ਤੋਂ ਡਰ ਲੱਗਦਾ, ਭੈ ਆਉਂਦਾ, ਸੁੱਖ ਚਾਹਣਾ, ਤੇ ਫਿਰ ਇਹ ਨਹੀਂ ਕਿ ਤੇਰੀ ਹੀ ਇਹ ਅਵਸਥਾ ਹੈ। ਇਸ ਸੰਸਾਰ ਵਿੱਚ ਜਿੰਨੇ ਜੀਵ ਆਏ ਨੇ, ਜਦੋਂ ਵੀ ਜੋਤ ਜਗੀ ਹੈ, ਉਹਨਾਂ ਦੇ ਸਾਹਮਣੇ ਇਹੋ ਹੀ ਮਸਲਾ ਰਿਹਾ ਹੈ ਕਿ ਦੁੱਖ ਤੋਂ ਕਿਵੇਂ ਬਚਣਾ, ਸੁੱਖ ਦੀ ਚਾਹਤ ਬਣੀ ਹੈ ਕਿਵੇਂ ਪਾਉਣਾ। ਤੇ ਗੁਰੂ ਕਹਿੰਦਾ ਕਿ ਡਰਨਾ, ਇਹ ਤਾਂ ਤੂੰ ਚੱਖ ਮਾਰਨਾ ਕਿ ਦੁਨੀਆਂ ਅੰਦਰ ਦੁੱਖ ਖਤਮ ਹੋ ਗਏ ਨੇ, ਕਿ ਦੁਨੀਆਂ ਵਿੱਚੋਂ ਦੁੱਖ ਨਾ ਚਾਹਣ ਵਾਲੇ ਲੋਕ ਤਾਂ ਗਿਣਤੀ ਵਿੱਚ ਜ਼ਿਆਦਾ ਨੇ, ਤੇ ਸਾਰਿਆਂ ਦੀ ਚਾਹਤ ਹੈ, ਸਾਰਿਆਂ ਦਾ ਉਪਰਾਲਾ ਹੈ। ਕੋਟ ਉਪਾਵ ਚਿਤਵਤ ਹੈ ਪ੍ਰਾਣੀ, ਆ ਜਿੰਨੇ ਉਪਾਵ ਪੈਦਾ ਹੋ ਰਹੇ ਨੇ, ਉਪਾਵ ਤੋਂ ਭਾਵ ਸਾਧਨ, ਕਿਹੜ ਤੇੜ ਜਿਹੜਾ ਲਫ਼ਜ਼ ਆਇਆ ਸੀ ਪਹਿਲੇ ਸ਼ਬਦ ਵਿੱਚ, ਉਹ ਜਿੰਨੇ ਵੀ ਹੋ ਰਹੇ ਨੇ ਉਹਦਾ ਕਾਰਨ ਸਾਧਨ ਤੇ ਦੁੱਖਾਂ ਨੂੰ ਖਤਮ ਕਰਨਾ। ਤੇ ਜੇ ਇੰਨੇ ਲੋਕ ਦੁੱਖ ਨੂੰ ਖਤਮ ਕਰਨ ਲਈ ਪਰਸੈਂਟੇਜ ਦੇ ਲਿਹਾਜ਼ ਨਾਲ ਮਨੁੱਖਤਾ ਵਿੱਚ ਜ਼ਿਆਦਾ ਨੇ, ਤੇ ਸਾਰਿਆਂ ਨੇ ਮਿਲ ਕੇ ਦੁੱਖ ਖਤਮ ਕਿਉਂ ਨਹੀਂ ਕਰ ਲਏ? ਦੁੱਖ ਤੇ ਖਤਮ ਨਹੀਂ ਹੋਏ, ਐਵੇਂ ਸਮਾਂ ਹੀ ਤੇ ਆਪਣੀ ਐਨਰਜੀ ਵੇਸਟ ਕਰ ਰਿਹਾ ਕਿ ਖੌਰੇ ਦੁੱਖ ਖਤਮ ਕਰ ਲਵਾਂਗਾ। ਤੈਨੂੰ ਪੈਦਲ ਚੱਲਣ ਦਾ ਦੁੱਖ ਮਹਿਸੂਸ ਹੁੰਦਾ ਸੀ, ਤੂੰ ਆਖਿਆ ਕਾਰ ਬਣਾ ਲਓ, ਸਾਈਕਲ ਬਣਾ ਲਓ, ਹਵਾਈ ਜਹਾਜ਼ ਬਣਾ ਲਓ, ਤੂੰ ਆਖਿਆ ਖੌਰੇ ਪੈਦਲ ਚੱਲਣ ਦਾ ਦੁੱਖ ਖਤਮ ਹੋ ਗਿਆ, ਪਰ ਉਹਦੇ ਐਕਸੀਡੈਂਟ ਨਾਲ ਤਾਂ ਉਦੋਂ ਵੱਡਾ ਦੁੱਖ ਹੈ। ਮੈਂ ਹੈਰਾਨ ਹੋਣਾ ਜਦੋਂ ਗੁਰਬਾਣੀ ਨੂੰ ਵਿਚਾਰ ਗੁਰੂ ਨੇ ਆਖਿਆ ਭਲਿਆ, ਨਾਨਕ ਬੋਲਣ ਚੱਖਣਾ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗਿਆ ਸੁੱਖ। ਇਹ ਤਾਂ ਚੱਕ ਮਾਰਨ ਵਾਲੀ ਗੱਲ, ਜਿਹੜੀ ਕੰਮ ਪੂਰਾ ਨਾ ਹੋਵੇ, ਜਿਹੜਾ ਕੰਮ ਅਸੰਭਵ ਹੋਵੇ, ਜਿਸ ਨੂੰ ਸਫਲਤਾ ਦੀ ਟਿਕਾਣੇ ਨਾ, ਮੰਜ਼ਿਲ ਤੱਕ ਨਾ ਪਹੁੰਚਾ ਸਕੀਏ, ਉਹ ਤੇ ਚੱਕ ਮਾਰਨ ਵਾਲੀ ਗੱਲ ਹੀ ਹੈ। ਤੇ ਇੱਕ ਤੂੰ ਨਹੀਂ, ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਆਦਮੀ ਦੁੱਖ ਨੂੰ ਖਤਮ ਕਰਨ ਵਿੱਚ ਲੱਗੇ ਹੋਏ ਨੇ, ਵੱਡੇ ਵੱਡੇ ਸਾਇੰਸਦਾਨ ਵਿਗਿਆਨਿਕ ਦਿਨ ਰਾਤ ਦੁੱਖ ਨੂੰ, ਮਨੁੱਖ ਦੇ ਦੁੱਖ ਨੂੰ ਖਤਮ ਕਰਨ ਲੱਗੇ, ਦੁੱਖ ਖਤਮ ਨਹੀਂ ਹੋਇਆ, ਚੱਕ ਮਾਰਨ ਵਾਲੀ ਗੱਲ ਹੈ। ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀਏ ਸੁੱਖ। ਤੇ ਕਹਿਣ ਲੱਗੇ ਇਸ ਨਾਲ ਚੰਗੀ ਗੱਲ ਨਹੀਂ, ਤੂੰ ਦੁੱਖ ਵਿੱਚ ਰਹਿਣ ਦੀ ਆਦਤ ਬਣਾ ਲਵੇਂ। ਲਓ ਇੱਥੇ ਗੁਰੂ ਦਾ ਕੀ ਮਤਲਬ ਹੈ, ਇਹ ਲਫ਼ਜ਼ ਗੁਰੂ ਨਾਲ ਕਿਉਂ ਜੋੜਿਆ ਨੇ? ਨਿਰਭਉ ਭੈ ਗੁਰਚਰਨੀ ਲੱਗ, ਗੁਰੂ ਨਾਲ ਇਹ ਲਫ਼ਜ਼ ਕਿਉਂ ਜੋੜਿਆ ਨਿਰਭੈਤਾ ਦਾ? ਜੇ ਤੂੰ ਨਿਰਭੈ ਹੋਣਾ ਚਾਹੁੰਦਾ ਤਾਂ ਗੁਰੂ ਕੋਲ ਆ, ਕਿਉਂਕਿ ਗੁਰੂ ਨੇ ਇੱਕ ਸੁਭਾਅ ਬਦਲਣਾ ਤੇਰਾ, ਇੱਕ ਆਦਤ ਬਦਲਣੀ ਹੈ ਤੇਰੀ। ਪਿਛਲੇ ਦਿਨਾਂ ਚ ਵਿਜ਼ਿਟ ਕੀਤੀ ਸੀ,
ਭਾਈ ਮਨੀ ਸਿੰਘ ਦਾ ਬੰਦ-ਬੰਦ ਕੱਟਿਆ ਗਿਆ, ਦੁੱਖ ਨਹੀਂ? ਸੁਭਾਅ ਬਦਲਿਆ ਹੋਇਆ। ਕਹਿੰਦੇ ਨੇ ਜਦੋਂ ਗੁੱਟ ਤੋਂ ਕੱਟਣ ਲੱਗਾ ਤੇ ਜਲਾਦ ਦਾ ਹੱਥ ਫੜ ਲਿਓ ਨੇ, ਦੂਜੇ ਹੱਥ ਨਾਲ ਕਹਿਣ ਲੱਗੇ ਨਹੀਂ ਤੈਨੂੰ ਹੁਕਮ ਹੈ ਬੰਦ-ਬੰਦ ਕੱਟਣ ਦਾ। ਇਹਦੇ ਤੋਂ ਪਹਿਲਾਂ ਵੀ ਕੁਝ ਬੰਦ ਹਨ, ਉਹਨਾਂ ਨੂੰ ਕਿਉਂ ਛੱਡ ਰਿਹਾ? ਕੱਟਣਾ ਤੇ ਕਟਾਉਣਾ ਦੁੱਖ ਹੈ, ਪਰ ਸੁਭਾਅ ਬਦਲ ਗਿਆ ਹੈ ਤੇ ਗੁਰੂ ਦਾ ਕੰਮ ਕੀ ਹੈ? ਮੈਂ ਕਈ ਵਾਰ ਕਰਨਾ, ਇੱਕ ਗੱਲ ਖਿਆਲ ਰੱਖਿਓ, ਗੁਰੂ ਜਿਹੜਾ ਮਨੁੱਖ ਵਿੱਚ ਸਿੱਖ ਵਿੱਚ ਤਬਦੀਲੀ ਲਿਆਉਂਦਾ ਹੈ ਨਾ, ਜਿਹਨੂੰ ਇਨਕਲਾਬੀ ਵਿਚਾਰਧਾਰਾ ਆਖਦੇ ਨੇ, ਉਹ ਇਹੋ ਹੀ ਹੈ ਕਿ ਸੁਭਾਅ ਬਦਲ ਦਿੰਦਾ ਹੈ। ਤੇ ਸੁਭਾਅ ਬਦਲਣ ਲਈ ਗੁਰੂ ਨੇ ਸ੍ਰੀ ਜਪਜੀਤ ਸਾਹਿਬ ਵਿੱਚ ਆਰੰਭ ਵਿੱਚ ਹੀ ਇਹ ਗੱਲ ਆਖ ਦਿੱਤੀ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ, ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ। ਇਹ ਗੱਲ ਵਿਸ਼ਵਾਸ ਵਿੱਚ ਲਿਆ, ਇਹ ਵਿਸ਼ਵਾਸ ਵਿੱਚ ਲਿਆ ਕਿ ਤੇਰੀ ਮਰਜ਼ੀ ਨਹੀਂ ਚੱਲਦੀ। ਆਹੁਣੇ ਤੋਂ ਕਾਈ ਸੀ ਕੋਟ ਉਪਾਵ ਚਿਤਵਤ ਹੈ ਪ੍ਰਾਣੀ, ਮਨੁੱਖ ਕਰੋੜਾਂ ਉਪਾਵ ਕਰਦਾ, ਢੰਗ ਵਰਤਦਾ ਕਿ ਮੇਰਾ ਦੁੱਖ ਖਤਮ ਹੋ ਜਾਏ, ਮੈਨੂੰ ਆਹ ਚੀਜ਼ ਮਿਲ ਜਾਏ, ਪਰ ਗੁਰੂ ਕਹਿੰਦੇ ਨੇ ਜਦੋਂ ਤੱਕ ਉਹਦੇ ਸੁਭਾਅ ਵਿੱਚ ਇੱਕ ਵਿਚਾਰਧਾਰਾ ਨਹੀਂ ਟਿਕਦੀ, ਗੁਰੂ ਦੀ ਬਿਠਾਈ ਹੋਈ ਟਿਕਦੀ ਹੈ, ਉਹ ਕੀ ਹੈ ਕਿ ਸੋ ਹੋਵੇ ਜੋ ਕਰੇ ਚੋਜ ਬਿਟਾਣੀ, ਤੇਰੇ ਹੱਥ ਕੁਝ ਨਹੀਂ ਹੋਣਾ, ਉਹ ਹੈ ਜੋ ਮਾਲਕ ਦੀ ਮਰਜ਼ੀ। ਇੱਕ ਗੁਰਬਾਣੀ ਦੀ ਦੇ ਸ਼ਬਦ ਦੇ ਤੁਹਾਡੇ ਸਾਂਝ ਪਾਵਾਂ, ਉਹਦੇ ਵਿੱਚ ਕਹਿੰਦੇ ਨੇ ਮੈਂ ਬੰਦਾ ਬੈ ਖਰੀਦ ਸੱਚ ਸਾਹਿਬ ਮੇਰਾ ਜੀਉ ਪਿੰਡ ਸਭ ਤਿਸਦਾ ਸਭ ਕਿਛ ਹੈ ਤੇਰਾ। ਹੁਣ ਦੋ ਹੀ ਚੀਜ਼ਾਂ ਨੇ ਨਾ, ਕੁਝ ਦੁੱਖ ਨੇ ਜਿਹੜੇ ਜੀਉ ਨੂੰ ਪਰੇਸ਼ਾਨ ਕਰਦੇ ਨੇ, ਵਿਛੋੜਾ ਜੀਉ ਨੂੰ ਪਰੇਸ਼ਾਨ ਕਰਦਾ, ਕਾਰੋਬਾਰ ਵਿੱਚ ਘਾਟਾ ਜੀਉ ਨੂੰ ਪਰੇਸ਼ਾਨ ਕਰਦਾ, ਕੁਝ ਉਹ ਦੁੱਖ ਨੇ ਜਿਹੜੇ ਜੀਉ ਨੂੰ ਪਰੇਸ਼ਾਨ ਕਰਦੇ ਨੇ, ਪਰ ਕੁਝ ਦੁੱਖ ਉਹ ਨੇ ਜਿਹੜੇ ਜੀਉ ਨਾਲੋਂ ਜ਼ਿਆਦਾ ਪਿੰਡ ਨੂੰ ਪਰੇਸ਼ਾਨ ਕਰਦੇ ਨੇ। ਕਿਸੇ ਨੂੰ ਕੈਂਸਰ ਦੀ ਤਕਲੀਫ ਹੈ, ਦਰਦ ਨਾਲ ਰਾਤ ਨੂੰ ਤੁਰ ਰਿਹਾ, ਉਹ ਪੀੜਾ ਹੈ, ਅਚਾਨਕ ਐਕਸੀਡੈਂਟ ਹੋ ਗਿਆ, ਕੋਈ ਅੰਗ ਟੁੱਟ ਗਿਆ, ਅਪਾਹਜ ਹੋ ਗਿਆ, ਸਰੀਰ ਦਾ ਹਿੱਸਾ ਪਿੰਡ ਦਾ ਹਿੱਸਾ, ਸਰੀਰ ਪਿੰਡ ਦਾ ਮਤਲਬ ਹੁੰਦਾ ਸਰੀਰ, ਸਰੀਰ ਦਾ ਹਿੱਸਾ ਉਹ ਜੀਵ ਦਾ ਤੇ ਉਹ ਪਿੰਡ ਦਾ, ਦੋਹਾਂ ਦੇ ਦੁੱਖ ਵੱਖਰੇ ਨੇ, ਪਰ ਗੁਰੂ ਨੇ ਬਾਣੀ ਅੰਦਰ ਇੱਕ ਗੱਲ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਖ ਦਿੱਤੀ, ਕਹਿਣ ਲੱਗੇ ਦੁੱਖ ਤੇ ਜੀਵ ਵਿੱਚ ਵੀ ਨੇ, ਦੁੱਖ ਪਿੰਡ ਵਿੱਚ ਵੀ ਨੇ, ਵੱਖਰੇ ਵੱਖਰੇ ਰੂਪ ਵਿੱਚ, ਪਰ ਇਹਨਾਂ ਦੋਹਾਂ ਤੋਂ ਛੁਟਕਾਰਾ ਪਾਉਣ ਲਈ, ਕਿਉਂਕਿ ਇਹਨਾਂ ਦੋਹਾਂ ਦਾ ਦੁੱਖ ਹੈ, ਮਨੁੱਖ ਘਾਟੇ ਤੋਂ ਵੀ ਡਰ ਰਿਹਾ, ਵਿਛੋੜੇ ਤੋਂ ਵੀ ਡਰ ਰਿਹਾ, ਐਕਸੀਡੈਂਟ ਤੋਂ ਵੀ ਡਰ ਰਿਹਾ,
हर चीज दुख है, कुछ पिंड दे दुख ने, कुछ जीव दे दुख ने। ते गुरु कहिंदे ने जे भला तेनू विश्वास आ जाए कि ना जीव तेरा है ना पिंड तेरा है, फिर मैनू कहदा दुख जिहड़ी चीज मेरी नहीं। क्योंकि जिथों आरंभ हुंदा है ना कलेश मन दा दुख पै, वो सारा मैं ते मेरी तो शुरू हुंदा। ਕਰਾਈ ਨਾ ਦੇਖਿਓ, ਮੈਂ ਤੇ ਮੇਰੀ ਤੋਂ ਸ਼ੁਰੂ ਹੁੰਦਾ ਦੁੱਖ ਦਾ ਟਿਕਾਣਾ। ਗੁਰੂ ਨੇ ਬਾਣੀ ਅੰਦਰ ਦੋ ਲਾਈਨਾਂ ਅੰਦਰ ਦੋਨੋਂ ਚੀਜ਼ਾਂ ਦਾ ਫੈਸਲਾ ਦਿੱਤਾ। ਕਹਿਣ ਲੱਗੇ ਹਉ ਮਾਰੋ, ਹਉ ਮਾਰੋ, ਹਉ ਛੋਡੋ ਮੁਖ ਤੇ ਏਵ ਬਬਾੜੇ, ਹਉ ਮਾਰੋ, ਹਉ ਬੰਦੋ ਛੋਡੋ ਹਮਰੀ ਭੂਮ, ਕੌਣ ਕਾਲੇ ਪੈਰ, ਹਉ ਮਾਰੋ, ਹਉ ਸਾਧੋ ਬੈਰ, ਹਉ ਬੰਦੋ, ਹਉ ਸਾਧੋ ਬੈਰ, ਹਮਰੀ ਭੂਮ, ਕੌਣ ਕਾਲੇ ਪੈਰ। ਦੋ ਲਾਈਨਾਂ ਤੇ ਦੋਵਾਂ ਵਿੱਚ ਅੰਦਰ ਤੇ ਬਾਹਰ ਦੇ ਕਲੇਸ਼ ਦਾ ਜ਼ਿਕਰ ਕਰਤਾ। ਇੱਕ ਹੈ ਮੈਂ ਤੇ ਖਲੋਤਾ ਕਿ ਮੇਰੇ ਵਿੱਚ ਸ਼ਕਤੀ ਹੈ, ਮੈਂ ਦੁਸ਼ਮਣ ਨੂੰ ਬੰਨ ਵੀ ਸਕਣਾ, ਮਾਰ ਵੀ ਸਕਣਾ, ਉਹਦੇ ਕੋਲੋਂ ਬਦਲਾ ਲੈ ਸਕਣਾ। ਸਾਧੋ ਬੈਰ, ਵੈਰ ਦੀ ਵੈਰੀ ਕੋਲੋਂ ਬਦਲਾ ਲੈ ਸਕਣਾ। ਦੂਜੇ ਵਿੱਚ ਹੈ ਮੇਰੀ, ਕਿਉਂ ਉਹ ਮੇਰਾ ਵੈਰੀ? ਕਿਉਂਕਿ ਇਹ ਜ਼ਮੀਨ ਮੇਰੀ ਹੈ, ਇਹਦੇ ਵਿੱਚ ਇਹਨੇ ਪੈਰ ਕਿਉਂ ਧਰਿਆ? ਹੁਣ ਜੇ ਜ਼ਮੀਨ ਮੇਰੀ ਨਾ ਹੁੰਦੀ, ਕਿਸੇ ਗੁਆਂਢੀ ਦੀ ਹੁੰਦੀ ਤਾਂ ਭਾਵੇਂ ਕੋਈ ਵਾਹ ਜਾਂਦਾ, ਮੈਨੂੰ ਕੀ ਦੁੱਖ ਹੈ? ਗੁਆਂਢੀ ਦੀ ਜ਼ਮੀਨ ਹੈ ਉਹ ਜਾਣੇ, ਕਿਉਂਕਿ ਜ਼ਮੀਨ ਮੇਰੀ ਹੈ, ਇਹਨੂੰ ਵਾਹੁਣਾ ਤਾਂ ਕਿਤੇ ਕਹਿੰਦੇ ਚ ਪੈਰ ਵੀ ਨਹੀਂ ਰੱਖ ਸਕਦਾ ਦੂਜਾ, ਗੁਰਬਾਣੀ ਕਹਿੰਦੀ ਹੈ। ਹੋ ਮਾਰ ਬੰਦੋ, ਹੋ ਸਾਧੋ ਬੈਰ, ਹਮਰੀ ਭੂਮ, ਕੌਣ ਘਾਲੇ ਪੈਰ। ਮੈਂ ਤੇ ਮੇਰੀ ਦੋਨੋਂ ਚੀਜ਼ਾਂ ਆ ਗਈਆਂ ਨਾ, ਹੁਣ ਜਦੋਂ ਦੋਨੋਂ ਚੀਜ਼ਾਂ ਆਈਆਂ ਤੇ ਉਹਦੇ ਵਿੱਚੋਂ ਦੁੱਖ ਪੈਦਾ ਹੋ ਗਿਆ, ਕਿਉਂਕਿ ਦੁਸ਼ਮਣ ਬਣ ਕੇ ਉਹਨੇ ਪੈਰ ਧਰਿਆ, ਉਹ ਦੁਸ਼ਮਣ ਹੈ। ਤੇ ਜਦੋਂ ਦੁਸ਼ਮਣ ਬਣ ਗਿਆ, ਵੈਰੀ ਬਣ ਗਿਆ, ਤੇ ਫਿਰ ਵੈਰੀ ਕੋਲੋਂ ਡਰ ਹੁੰਦਾ ਹੀ ਹੈ, ਭੈ ਵੀ ਸ਼ੁਰੂ ਹੋ ਗਿਆ। ਉਸ ਵੈਰ ਵਿੱਚ, ਉਸ ਭੈ ਵਿੱਚ ਨਿਰਭੈਤਾ ਪ੍ਰਾਪਤ ਕਰਨ ਲਈ ਮਨੁੱਖ ਨੂੰ ਅੰਗ ਰਕਸ਼ਕ ਦੀ ਵੀ ਲੋੜ ਪੈ ਗਈ। ਮੇਰੀ ਸਹਾਇਤਾ ਕੌਣ ਕਰੇ, ਮੈਂ ਕੁਝ ਆਪਣੇ ਪਹਿਰੇਦਾਰ ਰੱਖਾਂ, ਬਾਡੀਗਾਰਡ ਰੱਖਾਂ, ਅੰਗ ਰਕਸ਼ਕ ਰੱਖਾਂ, ਉਹ ਮੈਨੂੰ ਬਚਾਉਣ। ਪਰ ਇਹ ਨਹੀਂ ਸੋਚਦਾ ਵੀ ਇਹ ਮੈਂ ਮੇਰੀ ਤੋਂ ਸ਼ੁਰੂ ਹੋਇਆ, ਪਰ ਦੁੱਖ ਤੇ ਪਹੁੰਚ ਗਿਆ। ਮੈਂ ਹੈਰਾਨ ਹੁੰਦਾ ਜਦੋਂ ਕਿਸੇ ਵੀਰ ਕੋਲੋਂ ਇਹ ਸੁਣਨਾ, ਮੈਨੂੰ ਪਿਛਲੇ ਦਿਨਾਂ 'ਚ ਬੜਾ ਦੁੱਖ ਹੈ, ਕਿਸੇ ਵੀਰ ਨੇ ਸੁਭਾਵਿਕ, ਮੈਂ ਕਾਹਨੂੰ ਕਿਸੇ ਦਾ ਨਾਮ ਲਵਾਂ, ਕਿ ਗੁਰੂ ਵੀ ਪੈ ਵਿੱਚ ਸੀ, ਗੁਰੂ ਤੇ ਵੀ ਲੈ ਆਇਆ। ਅਤੇ ਐਗਜ਼ਾਮਪਲ ਕੀ ਦਿੰਦਾ ਕਿ ਚਮਕੌਰ ਦੀ ਗੜੀ ਵਿੱਚੋਂ ਭੈ ਨਾਲ ਬਚਣ ਲਈ ਰਾਤ ਦੇ ਅੰਧੇਰੇ ਵਿੱਚ ਦੌੜ ਗਿਆ। ਰਸਤੇ ਵਿੱਚ ਦਰਿਆ ਸੀ, ਦਰਿਆ ਵੀ ਪਾਰ, ਇਹ ਵੀ ਨਾ ਸੋਚਿਆ ਵੀ ਦਰਿਆ ਖੌਫ ਨਾ ਪਾਰ ਕਰਕੇ। ਫਿਰ ਭੇਸ ਬਦਲ ਕੇ ਉੱਚ ਦਾ ਪੀਰ ਬਣ ਕੇ ਛੁਪ ਕੇ ਗਿਆ। ਕਿਹੜਾ ਭੋਲਾ ਹੈ ਉਹ ਮਨੁੱਖ, ਉਹ ਭੁੱਲਿਆ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਚਮਕੌਰ ਦੀ ਗੜੀ ਛੱਡੀ ਤੇ ਛੁਪ ਕੇ ਨਹੀਂ ਛੱਡੀ, ਦਰਵਾਜ਼ਿਓਂ ਨਿਕਲਦਿਆਂ ਤਾੜੀ ਮਾਰ ਕੇ ਆਵਾਜ਼ ਦੇ ਕੇ ਆਖਿਆ ਮੈਂ ਛੁਪ ਕੇ ਨਹੀਂ ਜਾ ਰਿਹਾ,
ਸਿੱਖਾਂ ਦਾ ਗੁਰੂ ਜਾ ਰਿਹਾ ਜੀ। ਤਾੜੀ ਸਾਹਿਬ ਅਜੇ ਤੱਕ ਉਹ ਅਸਥਾਨ ਉਸ ਯਾਦ ਵਿੱਚ ਹੈ ਜਿਸ ਅਸਥਾਨ 'ਤੇ ਗੁਰੂ ਨੇ ਖਲੋ ਕੇ ਤਾੜੀ ਮਾਰੀ ਅਤੇ ਆਖਿਆ ਮੈਂ ਜਾ ਰਿਹਾ, ਆਓ ਜੇ ਕਿਸੇ ਕੋਲ ਸ਼ਕਤੀ ਹੈ ਤਾਂ। ਉੱਚ ਦਾ ਪੀਰ ਗੁਰੂ ਨਹੀਂ ਬਣਿਆ ਆਪਣੇ ਪੇਸ਼ ਨਾਲ, ਪੇਸ਼ ਬਦਲਣ ਵਾਲੇ, ਬਲਕਿ ਜਦੋਂ ਸਤਿਗੁਰੂ ਦੇ ਕੰਡਿਆਲੇ ਸਫ਼ਰ ਨਾਲ ਕਦਮ ਪੈਰ ਜ਼ਖਮੀ ਹੋ ਚੁੱਕੇ ਸਨ ਅਤੇ ਉਦੋਂ ਗਣੀ ਖਾਂ ਨਬੀ ਖਾਂ ਨੇ ਆ ਕੇ ਬੇਨਤੀ ਕੀਤੀ ਕਿ ਮਹਾਰਾਜ ਹੁਣ ਤੁਸੀਂ ਇਹਨਾਂ ਪੈਰਾਂ ਨਾਲ ਕਦਮ ਚਰਨਾਂ ਨਾਲ ਤੁਰਨ ਦੇ ਹਾਲਾਤ ਵਿੱਚ ਨਹੀਂ ਹੋ, ਆ ਲਓ ਅਸੀਂ ਪਲੰਗ ਲੈ ਆਉਂਦਾ ਇਹਦੇ 'ਤੇ ਬੈਠੋ। ਅਸੀਂ ਆਪਣੇ ਉੱਚ ਦੇ ਪੀਰਾਂ ਨੂੰ ਵੀ ਤਾਂ ਸੀਸ 'ਤੇ ਉਠਾ ਕੇ ਲਿਜਾਂਦੇ ਹਾਂ, ਤੁਸੀਂ ਵੀ ਸਾਡੇ ਉੱਚ ਦੇ ਪੀਰ। ਸ਼ਬਦਾਵਲੀ ਗੁਰੂ ਨੇ ਪੇਸ਼ ਨਹੀਂ ਕਰ, ਔਰ ਜਿੱਥੇ ਘੋੜਾ ਸਿੱਖ ਲੈ ਆਏ ਦੀਨੇ ਉੱਥੇ ਪਲੰਗ ਛੱਡ ਦਿੱਤਾ, ਘੋੜੇ 'ਤੇ ਸਵਾਰ ਹੋ ਪਏ। ਪਰ ਬੋਲਿਆ ਤੂੰ ਗੁਰੂ ਨੂੰ ਵੀ ਪੈ ਵਿੱਚ ਮਹਿਸੂਸ ਕਰ ਰਿਹਾ, ਕੋਈ ਪੁੱਛੇ ਕੋਈ ਸੋਚੇ ਜ਼ਰਾ। ਗੁਰੂ ਨਾਨਕ ਬਾਬਰ ਦੇ ਸਾਹਮਣੇ ਗਏ, ਪੈ ਵਿੱਚ ਸਨ, ਬਾਬਰ ਨੂੰ ਸਾਹਮਣੇ ਖਲੋ ਕੇ ਕੋਈ ਜ਼ਾਬਰ ਆਖ ਕੇ ਦਿਖਾਏ ਕਿ ਪੈ ਵਿੱਚ ਸਨ। ਗੁਰੂ ਨਾਨਕ ਇਸਲਾਮ ਦੇ ਗੜ੍ਹ ਵਿੱਚ ਮੱਕੇ ਗਏ, ਉੱਥੇ ਜਾ ਕੇ ਆਖਿਆ ਖੁਦਾਵੰਦ ਇੱਥੇ ਨਹੀਂ ਜੇ ਕੈਦ, ਇਕੱਲੇ ਸਨ। ਗੁਰੂ ਨਾਨਕ ਕੋਈ ਅੰਗ ਰਕਸ਼ਕ ਨਾਲ ਲੈ ਕੇ ਗਏ ਸਨ? ਗੁਰੂ ਨਾਨਕ ਹਰਿਦੁਆਰ ਗਏ, ਉੱਥੇ ਜਾ ਕੇ ਆਖਿਆ ਤੁਹਾਡਾ ਪਾਣੀ ਸੂਰਜ ਤੱਕ ਨਹੀਂ ਜੇ ਜਾਂਦਾ, ਭੁਲੇਖੇ ਵਿੱਚ ਇਹੋ ਜਿਹੇ ਕਰਮ ਕਾਂਡ ਨਾ ਕਰੋ। ਹਿੰਦੂ ਦੇ ਬ੍ਰਾਹਮਣ ਦੇ ਕੇਂਦਰ ਵਿੱਚ ਜਾ ਕੇ ਉਹਦੇ ਕੀਤੇ ਅਤੇ ਕੀਤੇ ਜਾ ਰਹੇ ਕਰਮ ਕਾਂਡ ਨੂੰ ਚੈਲੰਜ ਕਰਦਿਆਂ ਗੁਰੂ ਨਾਨਕ ਨੂੰ ਖੌਫ ਡਰ ਨਾ ਆਇਆ? ਉਹਦੇ ਨਾਲ ਕੋਈ ਅੰਗ ਰਕਸ਼ਕ ਸਨ? ਪਰ ਇੱਕ ਖਿਆਲ ਕਰਿਓ, ਗੁਰੂ ਨੇ ਜਿਹੜੀ ਗੱਲ ਬਾਣੀ ਵਿੱਚ ਫੈਸਲਾ ਦੇ ਦਿੱਤੀ, ਕਹਿਣ ਲੱਗੇ ਭਲਿਆ ਮੈਂ ਦੁਨੀਆਂ ਦੇ ਲੋਕੋ ਮੈਂ ਡਰਾਂ ਤਾਂ ਜੇ ਕੁਝ ਮੈਂ ਆਪ ਵਿੱਚ ਹੋਵਾਂ। ਅਤੇ ਗੁਰੂ ਇਹ ਸਿਖਾਉਂਦਾ, ਗੁਰਬਾਣੀ ਹੈ, ਗੁਰੂ ਕਹਿੰਦੇ ਨੇ ਡਰੀਏ ਤਾਂ ਡਰੀਏ ਤਾਂ ਜੇ ਕਿਛ ਆਪ ਦੁਖੀ ਚੈ। ਡਰ ਉਹਨੂੰ ਆਵੇ ਜਿਹੜਾ ਹਰ ਕੰਮ ਮੈਂ ਮੇਰੀ ਵਿੱਚ ਖਲੋ ਕੇ ਕਰੇ। ਇਹ ਮਰਿਆਦਾ ਮੇਰੀ ਹੈ, ਕੋਈ ਹੱਥ ਨਾ ਪਾਏ। ਇਹ ਸਰੂਪ ਮੇਰਾ ਹੈ, ਕੋਈ ਹੱਥ ਨਾ ਪਾਏ। ਤੇ ਗੁਰੂ ਕਹਿੰਦੇ ਨੇ ਡਰੀਏ ਤਾਂ, ਮੈਨੂੰ ਇਸ ਲਈ ਡਰ ਨਹੀਂ ਆਉਂਦਾ, ਮੈਨੂੰ ਇਸ ਲਈ ਡਰ ਨਹੀਂ ਆਉਂਦਾ ਕਿਉਂਕਿ ਮੈਂ ਜੋ ਕੁਝ ਕਰਨਾ ਉਹ ਮੈਂ ਮੇਰੀ ਵਿੱਚ ਨਹੀਂ ਕਰਦਾ ਕਿ ਮੈਂ ਆਪਣਾ ਹੁਕਮ ਜਾਂ ਆਪਣੀ ਮਰਿਆਦਾ ਜਾਂ ਆਪਣੀ ਵਿਚਾਰਧਾਰਾ ਦੂਜੇ 'ਤੇ ਲਾਗੂ ਕਰਨਾ ਚਾਹੁੰਦਾ। ਗੁਰੂ ਨੇ ਆਪਣੀ ਰਸਨਾ ਤੋਂ ਆਖਿਆ ਜਬ ਇਹਨੇ ਆਪਣੀ ਆਪਣੀ ਧਾਰੀ ਤਬ ਇਸ ਕੋ ਹੈ ਮੁਸ਼ਕਲ ਭਾਰੀ। ਇਹ ਸਾਰੀਆਂ ਮੁਸ਼ਕਲਾਂ, ਸਾਰੇ ਦੁੱਖ, ਸਾਰਾ ਡਰ ਉੱਥੋਂ ਜਨਮ ਲੈਂਦਾ ਹੈ ਜਿੱਥੇ ਮੈਂ ਅਤੇ ਮੇਰੀ ਖੜੀ ਹੁੰਦੀ। ਅਤੇ ਗੁਰੂ ਕਹਿੰਦੇ ਨਹੀਂ, ਮੈਂ ਤਾਂ ਕੁਝ ਵੀ ਆਪਣੀ ਮਰਜ਼ੀ ਨਾਲ ਨਹੀਂ ਕਰ ਰਿਹਾ। ਡਰੀਏ ਤਾਂ ਜੇ ਕਿਛ ਆਪ ਦੁਖੀ ਚੈ, ਸਭ ਕਰਤਾ ਆਪਣੀ ਕਲਾ ਵਧਾਏ। ਸਭ ਕੁਝ ਕਰਤਾ ਕਰਦਾ, ਸਿਰਫ ਕੀ ਹੈ ਕਿ ਮਨੁੱਖ ਨੂੰ ਕਰਤੇ ਦੇ ਹੁਕਮ ਨੂੰ ਪਛਾਣਨ ਦੀ ਲੋੜ ਹੈ, ਉਹ ਨਹੀਂ ਹੋ ਰਿਹਾ। ਅੱਜ ਸਿੱਖੀ ਵਿੱਚ
ਦੁਖਾਂਤ ਇਸ ਗੱਲ ਦਾ ਹੁਕਮ ਅੱਜ ਵੀ ਚੱਲਦਾ, ਉਹਦਾ ਹੀ ਚੱਲਦਾ। ਜੇ ਉਹਦਾ ਹੁਕਮ ਨਾ ਚੱਲਦਾ ਹੁੰਦਾ ਤੇ ਇੰਨੇ ਕਤਲਾਮ ਤੇ ਇੰਨਾ ਸਭ ਕੁਝ, ਇੰਨੀਆਂ ਕੁਰਬਾਨੀਆਂ ਤੇ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਅਸੀਂ ਆਪਣੀ ਮਰਜ਼ੀ ਨਾਲ ਕੁਛ ਨਾ ਕਰ ਲੈਂਦੇ? ਸਾਡੀ ਮਰਜ਼ੀ ਨਹੀਂ, ਗੁਰੂ ਨੇ ਆਪਣੀ ਰਸਨਾ ਤੋਂ ਆਖਿਆ ਇਸ ਕਹਿਆਤ ਹੋਏ ਤਾਂ ਸਭ ਕੁਛ ਲੈ। ਜੇ ਕਦੀ ਇਹਦੇ ਹੱਥ ਵਿੱਚ ਹੋਵੇ ਤਾਂ ਦੁਨੀਆਂ ਦੀ ਹਰ ਚੀਜ਼ ਨੂੰ ਆਪਣੀ ਮੁੱਠੀ 'ਚ ਕਰ ਲਏ, ਪਰ ਇਹਦੇ ਹੱਥ ਵਿੱਚ ਕੁਝ ਨਹੀਂ। ਜੋਤਿਸ ਭਾਵੇ ਸੋਈ ਕਰੇ ਹੁੰਦਾ ਉਹ ਹੈ ਜੋ ਕੁਝ ਉਹਦੀ ਮਰਜ਼ੀ, ਪਰ ਕਿਉਂਕਿ ਮਨੁੱਖ ਉਹਦੀ ਮਰਜ਼ੀ ਦੀ ਪਛਾਣ ਨਹੀਂ ਕਰਦਾ। ਲੋਕ ਗੁਰੂ ਦਾ ਆਹ ਫਰਕ ਹੈ, ਸਾਡੇ ਅੰਦਰ ਗੁਰੂ ਦਾ ਫੰਕਸ਼ਨ ਕੀ ਹੈ। ਜਿੰਨੀ ਦੇਰ ਅਸੀਂ ਉਹਦੇ ਹੁਕਮ ਨੂੰ ਨਹੀਂ ਪਛਾਣਦੇ, ਦੁੱਖ ਅਤੇ ਸੁੱਖ ਨੂੰ ਅਤੇ ਹਰ ਚੀਜ਼ ਨੂੰ ਆਪਣੀ ਮਰਜ਼ੀ 'ਤੇ ਨਿਰਭਰ ਕਰਦੇ ਹਾਂ, ਉਨੀ ਦੇਰ ਦੁਖੀ ਹੁੰਦੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਆਖਿਆ, ਕਹਿਣ ਲੱਗੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇ ਹਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੇ। ਜਦੋਂ ਮਨੁੱਖ ਇਸ ਅਵਸਥਾ ਤੇ ਪਹੁੰਚਦਾ ਉਦੋਂ ਫਿਰ ਇਹ ਦੇਖਣਾ ਹੈ, ਗੁਰੂ ਅਰਜਨ ਪਾਤਸ਼ਾਹ ਜਹਾਂਗੀਰ ਦੇ ਸਾਹਮਣੇ ਗਏ ਨੇ, ਪਤਾ ਹੈ ਪ੍ਰਿਥੀ ਚੰਦ ਵੀ ਵੈਰ ਦਾ ਭਰਿਆ ਹੋਇਆ ਹੈ, ਪਤਾ ਹੈ ਚੰਦੂ ਵੀ ਈਰਖਾ ਦੀ ਅੱਗ ਨਾਲ ਭਰਿਆ ਹੋਇਆ ਹੈ, ਪਰ ਗੁਰੂ ਅਰਜਨ ਪਾਤਸ਼ਾਹ ਜਹਾਂਗੀਰ ਦੇ ਨਾਲ ਮਿਲਣ ਜਾਣ ਲੱਗਿਆਂ ਕੋਈ ਆਪਣੇ ਨਾਲ ਅੰਗ ਰਕਸ਼ਕ ਲੈ ਕੇ ਗਏ ਨੇ? ਮੈਨੂੰ ਕੌਣ ਬਚਾਏਗਾ? ਗੁਰੂ ਤੇਗ ਬਹਾਦਰ ਸਾਹਿਬ ਕਿੱਥੋਂ ਚੱਲਦੇ ਨੇ ਅਨੰਦਪੁਰ ਤੋਂ ਤੇ ਕਿੱਥੇ ਦਿੱਲੀ ਮਿਲਣ ਜਾਂਦੇ ਨੇ? ਆਪਣੀ ਵਿਚਾਰਧਾਰਾ ਨੇ, ਵਿਚਾਰਧਾਰਾ ਦੇ ਤਾਂ ਟਕਰਾਓ ਸੀ, ਇਹ ਨਹੀਂ ਕਿ ਉੱਥੇ ਜਾ ਕੇ ਵਿਚਾਰਧਾਰਾ ਬਦਲ ਦਿੱਤੀ। ਜੇ ਰਾਮ ਰਾਏ ਨੇ ਵਿਚਾਰਧਾਰਾ ਬਦਲਣ ਦੀ ਇੱਕ ਲਾਈਨ ਆਖੀ ਤੇ ਪ੍ਰਸੰਦ ਨਹੀਂ ਕੀਤੀ, ਪ੍ਰਵਾਨ ਨਹੀਂ ਕੀਤੀ। ਰਾਮ ਰਾਏ ਨੇ ਇੱਕ ਲਾਈਨ ਹੀ ਬਦਲੀ ਨਾ, ਉਹਨੂੰ ਪ੍ਰਵਾਨ ਨਹੀਂ ਕੀਤਾ। ਤੇ ਭਲਾ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਵਿਚਾਰਧਾਰਾ ਨੂੰ ਉਸੇ ਔਰੰਗਜ਼ੇਬ ਦੇ ਸਾਹਮਣੇ ਬਦਲਣ ਲੱਗੇ ਸਨ? ਨਹੀਂ, ਬਿਲਕੁਲ ਨਹੀਂ। ਪਤਾ ਸੀ ਕਿ ਉਹਦੀ ਵਿਚਾਰਧਾਰਾ ਨੂੰ ਚੈਲੰਜ ਕਰਨ ਲੱਗਿਆਂ ਕੁਛ ਵੀ ਹੋ ਸਕਦਾ, ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਦੇ ਉਪਰਾਲੇ ਲਈ ਕੋਈ ਅੰਗ ਰਕਸ਼ਕ ਆਪਣਾ ਸਾਥੀ ਨਹੀਂ ਲੱਭਿਆ ਜਿਹੜਾ ਮੈਨੂੰ ਬਚਾਏ, ਬਲਕਿ ਇਹ ਗੱਲ ਆਖੀ ਰੱਖੋ ਰੱਖੋ ਕਿਰਪਾ ਧਾਰ ਤੇਰੀ ਸ਼ਰਨ ਤੇਰੇ ਦਰਬਾਰ, ਜਿਨ ਸੇਵਿਆ ਨਿਰਭਉ ਸੁਖ ਦਾਤਾ, ਜਿਨ ਸੇਵਿਆ ਨਿਰਭਉ ਸੁਖ ਦਾਤਾ, ਤਿਨ ਭੈ ਦੂਰ ਕੀਆ। ਬਸ ਭੈ ਇਸ ਤਰ੍ਹਾਂ ਦੂਰ ਹੁੰਦਾ ਹੈ। ਕਹਿਣ ਲੱਗੇ ਦੁਨੀਆਂ ਦਾ ਹਰ ਮਨੁੱਖ ਭੈ ਵਿੱਚ ਹੈ, ਹਰ ਜੀਵ ਭੈ ਵਿੱਚ ਹੈ, ਹਰ ਵਸਤੂ ਭੈ ਵਿੱਚ ਹੈ। ਇੱਕ ਵਸਤੂ ਨੂੰ ਦੂਜੀ ਵਸਤੂ ਕੋਲੋਂ ਭੈ ਹੈ, ਪਰ ਉਹ ਭੈ ਓਨੀ ਦੇਰ ਹੈ ਜਿੰਨੀ ਦੇਰ ਉਸ ਵਸਤੂ ਨੂੰ, ਉਸ ਜੀਵ ਨੂੰ, ਉਸ ਮਨੁੱਖ ਨੂੰ ਆਪੇ ਦੀ ਹੋਂਦ ਦੱਸਣ ਦਾ ਚਾਂਸ ਹੈ। ਅਤੇ ਜਿਸ ਦਿਨ ਉਹਨੇ ਇਹ ਕਹਿ ਦਿੱਤਾ ਮੈਂ ਕੁਛ ਨਹੀਂ, ਮੈਂ ਕੁਛ ਨਹੀਂ, ਹਾਂ ਕੁਛ ਨਹੀਂ, ਇੱਕ ਹੈ ਉਹੀ ਅੱਗੇ ਪਾਛੇ ਇੱਕੋ ਸੋਈ, ਪਰ ਇਹ ਹੋਵੇ ਕਿਵੇਂ? ਨਾਨਕ ਗੁਰ ਖੋਏ ਭਰਮ ਭੰਗਾ। ਗੁਰੂ ਨੇ ਇਹ ਭਰਮ ਹਿਰਦੇ ਵਿੱਚੋਂ ਕੱਢਣਾ ਕਿ ਮੈਂ ਵੀ ਕੁਝ ਹਾਂ, ਅਤੇ ਫਿਰ ਕੀ ਹੋਣਾ? ਹਮ ਓਏ ਮਿਲ ਹੋਏ
ਏਕ ਰੰਗਾ, ਫਿਰ ਮੈਂ ਅਤੇ ਪ੍ਰਭੂ ਇੱਕ ਹੋ ਜਾਵਾਂਗੇ। ਜੇ ਪ੍ਰਭੂ ਨਹੀਂ ਮਰਦਾ ਮੈਂ ਵੀ ਨਹੀਂ ਮਰਦਾ, ਨਾ ਉਹ ਮਰਤਾ ਨਾ ਹਮ ਡਰਿਆ, ਨਾ ਉਹ ਬਿਨਸੇ ਨਾ ਹਮ ਕੜਿਆ, ਨਾ ਉਹ ਨਿਰਧਨ ਨਾ ਹਮ ਭੁੱਖੇ, ਨਾ ਉਸ ਦੁੱਖ ਨਾ ਹਮ ਕੋ ਦੁੱਖੇ। ਇਉਂ ਮਨੁੱਖ ਉਸ ਦੁੱਖ ਤੋਂ ਨਿਰਭੈ ਹੁੰਦਾ ਜਿਸ ਦਿਨ ਗੁਰੂ ਬਖਸ਼ਿਸ਼ ਕਰਕੇ ਸਿੱਖ ਦੇ ਹਿਰਦੇ ਵਿੱਚੋਂ ਇਹ ਭਰਮ ਦੂਰ ਕਰਦਾ ਕਿ ਮੈਂ ਵੀ ਕੁਝ ਹਾਂ। ਬਸ ਇਹ ਭਰਮ ਦੂਰ ਕਰ ਲੈ ਅਤੇ ਉਹਦੀ ਰਜ਼ਾ ਵਿੱਚ ਰਹਿਣ ਦਾ ਆਦੀ ਹੋ ਜਾ ਜੋ ਗੁਰੂ ਨੇ ਆਪਣੇ ਜੀਵਨ ਵਿੱਚ ਕਰ ਵਿਖਾਇਆ, ਫਿਰ ਦੁਨੀਆਂ ਦਾ ਹਰ ਭੈ ਤੇਰੇ ਸਾਹਮਣੇ ਚੁੱਕ ਜਾਏਗਾ, ਤੂੰ ਨਿਰਭੈ ਹੋ ਜਾਏਗਾ। ਗੁਰੂ ਨੇ ਇਹੋ ਗੱਲ ਬਾਣੀ ਵਿੱਚ ਆਖੀ, ਕਹਿਣ ਲੱਗੇ ਨਿਰਭਉ ਹੈ ਨਿਰਭਉ ਹੈ ਗੁਰ ਚਰਨੀ ਲਾਗੇ, ਨਿਰਭਉ ਹੈ ਗੁਰ ਚਰਨੀ ਲਾਗੇ, ਇੱਕ ਰਾਮ ਨਾਮ ਅਧਾਰਾ, ਇੱਕ ਰਾਮ ਨਾਮ ਅਧਾਰਾ, ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਸਫਲ ਦਰਸ਼ਨ ਅਕਾਲ ਜੀਵਨ ਵਿੱਚ ਇਹ ਫੰਕਸ਼ਨ ਹੈ। ਉਹ ਅੰਦਰੋਂ ਹੋਂ ਮਿਟਾਉਂਦਾ ਅਤੇ ਤੂੰ ਨੂੰ ਲੈ ਆਉਂਦਾ। ਅਤੇ ਜਿਸ ਦਿਨ ਮਨੁੱਖ ਹੋਂ ਛੱਡ ਕੇ ਹੋਂ ਕਿਛ ਨਾਹੀਂ ਇੱਕ ਹੈ ਤੂੰ ਹੈ ਇਸ ਅਵਸਥਾ 'ਤੇ ਆ ਜਾਂਦਾ, ਉਹਦਾ ਸਾਰਾ ਹੀ ਭੈ ਮਿਟ ਜਾਂਦਾ। ਜਦੋਂ ਤੂੰ ਹੈ ਤਾਂ ਤੂੰ ਤਾਂ ਮਰਦਾ ਨਹੀਂ, ਮੈਨੂੰ ਮੌਤ ਕਿਵੇਂ ਸਤਾ ਸਕਦੀ? ਤੂੰ ਤਾਂ ਰੋਗੀ ਨਹੀਂ ਹੁੰਦਾ, ਮੈਨੂੰ ਰੋਗ ਦਾ ਡਰ ਕਿਵੇਂ ਹੈ? ਤੇਰਾ ਤਾਂ ਵੈਰੀ ਕੋਈ ਨਹੀਂ, ਮੈਂ ਵੈਰੀਆਂ ਕੋਲੋਂ ਕਿਉਂ ਡਰੀ ਜਾਂਦਾ? ਇਹ ਸਾਰਾ ਕੁਝ ਹਾਂ ਵਿੱਚ ਖਲੋਤਾ ਹੈ। ਜਿਸ ਦਿਨ ਹਾਂ ਮਿਟਦੀ ਹੈ ਅਤੇ ਹਾਂ ਕਿਛ ਨਾਹੀਂ ਇੱਕ ਹੈ ਤੂੰ ਹੈ, ਆਪੇ ਆਪ ਸੁਜਾਨਾ ਦੀ ਅਵਸਥਾ ਆਉਂਦੀ ਜੋ ਗੁਰੂ ਦਿੰਦਾ ਹੈ। ਗੁਰਮਤਿ ਵਿੱਚ ਗੁਰੂ ਕੋਲ ਪਹੁੰਚਣ ਦਾ ਮਸਲਾ ਹੀ ਇਹੋ ਹੈ ਕਿ ਉੱਥੇ ਆ ਕੇ ਹਉਂ ਖਤਮ ਹੁੰਦੀ ਹੈ, ਤੂੰ ਆ ਜਾਂਦਾ ਅਤੇ ਸਿੱਖ ਆਖਦਾ ਤੂੰ ਤੂੰ ਕਰਤਾ ਤੂੰ ਹੁਆ। ਜਦੋਂ ਤੂੰ ਆ ਜਾਏ ਤਾਂ ਉਹ ਫਿਰ ਹੌਲੀ ਹੌਲੀ ਤੂੰ ਦਾ ਰੂਪ ਹੀ ਹੋ ਜਾਂਦਾ ਜਿਹੜਾ ਮਰਦਾ ਨਹੀਂ ਜਿਹੜਾ ਡਰਦਾ ਨਹੀਂ। ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹ ਨਿਰਭਉ ਹੈ। ਅਤੇ ਜਦੋਂ ਮਨੁੱਖ
ਉਹਦਾ ਰੂਪ ਹੋ ਗਿਆ, ਉਹ ਵੀ ਨਿਰਭਉ ਹੋ ਗਿਆ। ਇਹ ਫੰਕਸ਼ਨ ਹੈ ਗੁਰੂ ਦਾ ਜੀਵਨ ਵਿੱਚ। ਇਹਨਾਂ ਸ਼ਬਦਾਂ ਨਾਲ ਖਿਮਾਂਦਾ ਜਾ ਚੁੱਕਾਂ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।